ਸਵਾਈਨ ਫਲੂ ਨੇ ਪੰਜਾਬ ਦੇ 2 ਜ਼ਿਲ੍ਹਿਆਂ ਪਟਿਆਲਾ ਅਤੇ ਫਾਜ਼ਿਲਕਾ 'ਚ 11 ਲੋਕਾਂ ਨੂੰ ਹੁਣ ਤੱਕ ਆਪਣਾ ਸ਼ਿਕਾਰ ਬਣਾਇਆ ਅਤੇ 11 ਮੌਤਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੀਤੇ ਗਏ ਇੰਤਜ਼ਾਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੋਸਤੋ, ਸਵਾਈਨ ਫਲੂ ਜੋ ਕਿ H1 ਅਤੇ N1 ਨਾਂ ਦੇ ਵਾਇਰਸ ਰਾਹੀਂ ਮਨੁੱਖੀ ਸਰੀਰ ਵਿੱਚ ਫੈਲਦਾ ਹੈ ਅਤੇ ਵਧੇਰੇ ਕਰ ਖਾਂਸੀ, ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ, ਸਰੀਰ ਦਾ ਟੁੱਟਣਾ ਜਾਂ ਤੇਜ਼ ਬੁਖਾਰ ਇਸ ਦੇ ਮੁੱਖ ਲੱਛਣ ਹਨ ਅਤੇ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਹੱਥ ਮਿਲਾਏ ਮਿਲਾਉਣ, ਗਲੇ ਮਿਲਣ, ਜੱਫੀ ਪਾਉਣ, ਸਰੀਰਕ ਸੰਬੰਧ ਬਣਾਉਣ, ਮਤਲਬ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਵਧੇਰੇ ਫੈਲਦਾ ਹੈ। ਅੱਜ ਪੰਜਾਬ ਬਾਣੀ ਵੱਲੋਂ ਇਸ ਨਾਮੁਰਾਦ ਬਿਮਾਰੀ ਸੰਬੰਧੀ ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾਕਟਰ ਹੰਸਰਾਜ ਨਾਲ ਇਸ ਸੰਬੰਧੀ ਵਿਭਾਗ ਵੱਲੋਂ ਕੀਤੀ ਗਈ ਰੋਕਥਾਮ ਉੱਤੇ ਕੀਤੇ ਗਏ ਉਪਰਾਲਿਆਂ ਸੰਬੰਧੀ ਕੁਝ ਸਵਾਲ ਕੀਤੇ ਗਏ ਹਨ। ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਸੀ, ਆਓ ਇਸ ਵੀਡੀਓ ਰਾਹੀਂ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ ਡਾਕਟਰ ਸਾਹਿਬ, ਇਤਨੀ ਆਪਣੇ ਡਿਸਟ੍ਰਿਕਟ ਦੇ ਅੰਦਰ 4 ਡੈਥ ਹੋ ਗਈ ਹੈ, ਇੱਕ ਪਟਿਆਲਾ ਔਰ ਫਾਜ਼ਿਲਕਾ ਦੋਨਾਂ ਨੂੰ ਸਵਾਈਨ ਫਲੂ ਨਾਲ ਪ੍ਰਭਾਵਿਤ ਕੀਤਾ ਗਿਆ ਪੰਜਾਬ ਅੰਦਰ, ਕੀ ਕਾਰਨ? ਸਾਰੇ ਪੰਜਾਬ ਦੇ ਵਿੱਚ ਹੀ ਇਸ ਸਾਲ ਸਵਾਈਨ ਫਲੂ ਦੇ ਕੇਸਿਸ ਦੇ ਵਿੱਚ ਬੜੋਤਰੀ ਹੋਈ ਹੈ ਪਿਛਲੇ ਸਾਲ ਦੇ ਮੁਕਾਬਲੇ। ਅਤੇ ਜਿੱਥੋਂ ਤੱਕ ਜ਼ਿਲ੍ਹਾ ਫਾਜ਼ਿਲਕਾ ਦਾ ਸੰਬੰਧ ਹੈ, ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚੋਂ ਹੁਣ ਤੱਕ ਸਾਡੇ ਕੋਲ 11 ਸਸਪੈਕਟਿਡ ਪੇਸ਼ੈਂਟ ਰਿਪੋਰਟ ਹੋਏ ਹੈਗੇ ਆ, ਜਿਨ੍ਹਾਂ ਦੇ ਵਿੱਚੋਂ 7 ਪੋਜ਼ਿਟਿਵ ਨੇ ਅਤੇ 4 ਜਿਹੜੀਆਂ ਹੈ ਉਹ ਡੈਥ ਰਿਪੋਰਟ ਹੋਈਆਂ ਨੇ। ਕੋਈ ਪੇਸ਼ੈਂਟ ਇੱਥੇ ਵੀ ਆ ਕੇ ਐਡਮਿਟ ਹੋਏ ਸਿਵਲ ਹਸਪਤਾਲ ਫਾਜ਼ਿਲਕਾ? ਨਹੀਂ ਜੀ, ਫਾਜ਼ਿਲਕਾ ਦੇ ਵਿੱਚ ਸਗੋਂ ਡਿਸਟ੍ਰਿਕਟ ਫਾਜ਼ਿਲਕਾ, ਡਿਸਟ੍ਰਿਕਟ ਹੋਸਪਿਟਲ ਅਬੋਹਰ, ਜਲਾਲਾਬਾਦ, ਕਿਤੇ ਵੀ ਕੋਈ ਸਾਡੇ ਕੋਲ ਮਰੀਜ਼ ਦਾਖਲ ਨਹੀਂ ਹੋਇਆ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਵੀ ਸਵਾਈਨ ਫਲੂ ਕਿਵੇਂ ਫੈਲਦਾ ਹੈ। ਸਵਾਈਨ ਫਲੂ ਇੱਕ ਵਾਇਰਲ ਬਿਮਾਰੀ ਹੈ ਜਿਹੜੀ ਡਰੋਪਲੈਟ ਇਨਫੈਕਸ਼ਨ ਜਿਹਨੂੰ ਬੋਲਦੇ ਹਾਂ, ਇੱਕ ਦੂਜੇ ਜਿਹੜੇ ਬੰਦੇ ਨੂੰ ਖਾਂਸੀ ਜ਼ੁਕਾਮ ਹੋਇਆ ਉਹਦੇ ਕਲੋਜ਼ ਕੋਂਟੈਕਟ ਦੇ ਵਿੱਚ ਆਉਣ ਨਾਲ, ਅਤੇ ਇਸ ਕਰਕੇ ਇਹ ਜਿਹਨੂੰ ਖਾਂਸੀ ਜ਼ੁਕਾਮ ਹੈ ਉਹ ਅੱਗੇ ਦੂਸਰੇ ਨੂੰ ਇਹ ਬਿਮਾਰੀ ਫੈਲਾ ਸਕਦਾ ਹੈ, ਸ਼ੇਕ ਹੈਂਡ ਕਰਨ ਨਾਲ ਜਾਂ ਕਿਸੇ ਨੂੰ ਜੱਫੀ ਪਾਉਣ ਨਾਲ, ਅਤੇ ਉਹਦੇ ਨਾਲ ਕਲੋਜ਼ ਕੋਂਟੈਕਟ ਦੇ ਨਾਲ ਇਹ ਬਿਮਾਰੀ ਫੈਲਦੀ ਹੈ। ਅਤੇ ਅਸੀਂ ਇਹ ਹਿਦਾਇਤ ਕਰਦੇ ਹਾਂ ਵੀ ਜਿਹੜੇ ਬੰਦੇ ਨੂੰ ਖਾਂਸੀ ਜ਼ੁਕਾਮ ਹੈ ਉਹ ਆਪਦਾ ਮੂੰਹ ਅਤੇ ਨੱਕ ਵਗੈਰਾ ਖਾਂਸੀ ਵੇਲੇ ਜਾਂ ਨਿੱਛ ਆਉਣ ਵੇਲੇ ਢੱਕ ਕੇ ਰੱਖੇ, ਤਾਂ ਕਿ ਦੂਸਰਿਆਂ ਜਿਹੜੇ ਬੰਦੇ ਹੈ ਉਹ ਇਸ ਬਿਮਾਰੀ ਤੋਂ ਬਚ ਸਕੇ। ਸਵਾਈਨ ਫਲੂ ਦੇ ਮਰੀਜ਼ ਦੇ ਕੀ ਲੱਛਣ? ਇਹਦੇ ਵਿੱਚ ਖਾਂਸੀ ਜ਼ੁਕਾਮ, ਗਲਾ ਖਰਾਬ, ਬੁਖਾਰ, ਲੂਜ਼ ਮੋਸ਼ਨ ਵਗੈਰਾ ਹੋ ਸਕਦੀ ਹੈ, ਅਤੇ ਬਾਅਦ ਦੇ ਵਿੱਚ ਮਰੀਜ਼ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ ਅਤੇ ਉਹਦੇ ਵਾਸਤੇ ਵੈਂਟੀਲੇਟਰ ਵਗੈਰਾ ਦੀ ਜ਼ਰੂਰਤ ਪੈਂਦੀ ਹੈ ਅਤੇ ਆਕਸੀਜਨ ਸਪਲਾਈ ਵਗੈਰਾ ਦੀ ਜ਼ਰੂਰਤ ਪੈਂਦੀ ਹੈ। ਬੋਡੀ ਦੇ ਕਿਸ ਪਾਰਟ ਨੂੰ ਇਫੈਕਟ ਕਰਦਾ ਔਰ ਮਰੀਜ਼ ਦੀ ਮੌਤ ਹੁੰਦੀ ਹੈ? ਸਵਾਈਨ ਫਲੂ ਜਿਹੜਾ ਹੈਗਾ ਇਹਨੂੰ ਬੋਲਦੇ ਹਾਂ ਐਕਿਊਟ ਰੈਸਪਰੇਟਰੀ ਡਿਸਟ੍ਰੈਸ ਸਿੰਡਰੋਮ, ਅਤੇ ਇਹਦੇ ਵਿੱਚ ਲੰਗ ਜਿਹੜੇ ਹੈਗੇ ਆ ਜਿਹਨਾਂ ਨੂੰ ਫੇਫੜੇ ਕਹਿੰਦੇ ਹਾਂ ਆਪਾਂ, ਉਹ ਜ਼ਿਆਦਾ ਇਫੈਕਟ ਹੁੰਦੇ ਹਨ ਅਤੇ ਉਸੇ ਫੇਲਿਓਰ ਕਰਕੇ ਮਰੀਜ਼ ਦੀ ਡੈਥ ਹੁੰਦੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਕੀ ਇੰਤਜ਼ਾਮ ਕੀਤੇ ਗਏ? ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈਗਾ, ਹਰੇਕ ਸਾਡੇ ਜਿਹੜੇ ਹੈਗੇ CSC, PSC, ਸਬ ਡਿਵੀਜ਼ਨਲ ਹੋਸਪਿਟਲ, ਡਿਸਟ੍ਰਿਕਟ ਹੋਸਪਿਟਲ, ਇਹਨਾਂ ਦੇ ਵੀ ਸਪੈਸ਼ਲ ਸਵਾਈਨ ਫਲੂ ਦੇ ਵਾਰਡ ਬਣਾਏ ਗਏ ਹੁਣ, ਵਾਰਡ ਬਣਾਏ ਨੇ, ਅਤੇ ਮਰੀਜ਼ਾਂ ਨੂੰ ਕਲੋਜ਼ ਕੋਂਟੈਕਟ ਜਿਹੜੇ ਹੈਗੇ ਆ ਜਿਹਦੀ ਡੈਥ ਹੋ ਜਾਂਦੀ ਹੈ ਜਾਂ ਜਿਹੜੇ ਮਰੀਜ਼ ਖਾਂਸੀ ਜ਼ੁਕਾਮ ਨਾਲ ਆ ਜਾਂਦੇ ਅਤੇ ਜਿਨ੍ਹਾਂ ਦਾ ਸ਼ੱਕ ਹੁੰਦਾ ਵੀ ਇਹਨੂੰ ਸਵਾਈਨ ਫਲੂ ਹੋ ਸਕਦਾ ਹੈ, ਉਹਨਾਂ ਨੂੰ ਫਰੀ ਦਵਾਈ ਦਿੱਤੀ ਜਾਂਦੀ ਹੈ ਪਹਿਲ ਦੇ ਆਧਾਰ 'ਤੇ, ਅਤੇ ਪੰਜਾਬ ਗਵਰਨਮੈਂਟ ਵੱਲੋਂ ਸਾਰਾ ਇਲਾਜ ਜਿਹੜਾ ਫਰੀ ਕਰਾਇਆ ਜਾਂਦਾ। ਜਿਨ੍ਹਾਂ 4 ਮਰੀਜ਼ਾਂ ਦੀ ਫਾਜ਼ਿਲਕਾ ਡਿਸਟ੍ਰਿਕਟ ਡੈਥ ਹੋ ਚੁੱਕੀ ਹੈ,
ਉਹਨਾਂ ਦੀ ਪਹਿਚਾਣ ਦੱਸੀ ਜਾ ਸਕਦੀ ਹੈ? ਹਾਂਜੀ, ਮੈਂ ਤੁਹਾਨੂੰ ਲਿਸਟ ਦੇ ਦਿੰਦਾ। ਸਵਰਨ ਕੌਰ, ਵਾਈਫ ਆਫ ਦੇਸਾ ਸਿੰਘ, ਰੈਜੀਡੈਂਟ ਆਫ ਜਲਾਲਾਬਾਦ, ਮੋਹਨ ਸਿੰਘ, ਸਨ ਆਫ ਜੀਤ ਸਿੰਘ, ਚੰਗੜ ਪੈਣੀ, ਮਮਤਾ, ਵਾਈਫ ਆਫ ਨਰੇਸ਼ ਕੁਮਾਰ, ਆਫ ਵਿਲੇਜ ਰਾਮਗੜ੍ਹ, ਸੀਤੋ ਬਲੋਕ, ਅਬੋਹਰ, ਐਂਡ ਕੇਵਲ ਕ੍ਰਿਸ਼ਨ, ਸਨ ਆਫ ਹੰਸਰਾਜ, ਆਫ ਗੋਬਿੰਦ ਨਗਰੀ, ਜਲਾਲਾਬਾਦ। ਸਿਹਤ ਵਿਭਾਗ ਵੱਲੋਂ ਕੁਛ ਇਹਨਾਂ ਪਰਿਵਾਰਾਂ ਨੂੰ, ਇਹਨਾਂ ਦੀ ਫੈਮਲੀਆਂ ਨੂੰ ਪ੍ਰੀਕੋਸ਼ਨ ਦੇਣ ਵਾਸਤੇ ਵੀ ਕੁਛ ਕੀਤਾ ਗਿਆ? ਹਾਂਜੀ, ਜਿਨ੍ਹਾਂ ਦੇ ਕਿਸੇ ਦੇ ਵਿੱਚ ਡੈਥ ਹੋਈ ਹੈ ਉਹਨਾਂ ਫੈਮਲੀਜ਼ ਨੂੰ ਇਹ ਹਦਾਇਤ ਕੀਤੀ ਗਈ ਸੀ ਵੀ ਪੰਜਾਬ ਗੌਰਮੈਂਟ ਦੀਆਂ ਹਦਾਇਤਾਂ ਅਨੁਸਾਰ ਹੀ ਮਰੀਜ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਅਤੇ ਉਹਨੂੰ ਬੋਡੀ ਨੂੰ ਘੱਟ ਤੋਂ ਘੱਟ ਹੈਂਡਲ ਕੀਤਾ ਜਾਵੇ। ਬੋਡੀ ਜਿਹੜੀ ਹੈ ਸਿੱਧੀ ਸ਼ਮਸ਼ਾਨ ਘਾਟ ਲਿਜਾਈ ਜਾਂਦੀ ਹੈਗੀ ਹੈ ਅਤੇ ਉਹਦਾ ਸਾਡੇ ਹੈਲਥ ਡਿਪਾਰਟਮੈਂਟ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਦੀ ਦੇਖ ਰੇਖ ਦੇ ਵਿੱਚ ਉਹਦਾ ਅੰਤਿਮ ਸੰਸਕਾਰ ਕਰਾਇਆ ਜਾਂਦਾ ਹੈ। ਦੋਸਤੋ, ਇਹ ਸਨ ਫਾਜ਼ਿਲਕਾ ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾਕਟਰ ਹੰਸਰਾਜ ਜੀ, ਜੋ ਤੁਹਾਨੂੰ ਸਵਾਈਨ ਫਲੂ ਦੇ ਬਾਰੇ ਦੱਸ ਰਹੇ ਸਨ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੁਆਰਾ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਸਵਾਈਨ ਫਲੂ ਦੇ ਲੱਛਣ, ਇਲਾਜ ਅਤੇ ਇਸ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਇਸ ਦੀ ਰੋਕਥਾਮ ਲਈ ਅਗਾਊਂ ਚੁੱਕੇ ਜਾਣ ਵਾਲੇ ਕਦਮਾਂ ਸੰਬੰਧੀ ਇੱਕ ਇਸ਼ਤਿਹਾਰ ਵੀ ਜਾਰੀ ਕੀਤਾ ਹੈ, ਜੋ ਤੁਸੀਂ ਇਹਨੂੰ ਵੇਖ ਕੇ, ਪੜ੍ਹ ਕੇ ਇਸ ਸਵਾਈਨ ਫਲੂ ਦੀ ਬਿਮਾਰੀ ਤੋਂ ਬਚ ਸਕਦੇ ਹੋ।